ਦੂਜਾ ਸੁਨੇਹਾ ਇਹ ਹੈ ਕਿ ਤੁਸੀਂ ਰੱਬ ਦੇ ਬੰਦੇ ਹੋ, ਰੱਬ ਨੇ ਤੁਹਾਨੂੰ ਬਣਾਇਆ, ਕਿਸੇ ਦੇ ਦਾਸ ਬਣੋ, ਦੋਸਤ ਬਣੋ, ਭਰਾ ਬਣੋ, ਕਿਸੇ ਦੇ ਕੋਈ ਰਿਸ਼ਤੇਦਾਰ ਬਣੋ, ਕਿਸੇ ਦੇ ਗੁਲਾਮ ਨਹੀਂ ਹੋਣਾ, ਚਾਹੇ ਉਹ ਕਿੱਡਾ ਵੱਡਾ ਰਾਜਾ ਹੋਵੇ ਅਤੇ ਭਾਵੇਂ ਕੋਈ ਸੰਤ ਹੋਵੇ। ਜੇ ਤੁਹਾਨੂੰ ਸਲੇਹ ਬਣਾਉਂਦਾ, ਗੁਲਾਮ ਬਣਾਉਂਦਾ, ਉਹ ਕੁਛ ਨਹੀਂ ਹੈ। ਜੇ ਤੁਹਾਨੂੰ ਆਜ਼ਾਦੀ ਦਵਾਉਂਦਾ, ਜੋ ਤੁਸੀਂ ਕਰਦੇ ਉਹਨਾਂ ਵਿੱਚ ਇੰਟਰਫੇਅਰ ਦਖਲਅੰਦਾਜ਼ੀ ਨਹੀਂ ਕਰਦਾ, ਜਾਂ ਨਹੀਂ ਕਰਦਾ, ਸਮਝੋ ਕਿ ਉਹਦੇ ਉੱਤੇ ਰੱਬ ਦੀ ਰਹਿਮਤ ਹੈ। ਕਿਸੇ ਦੇ ਗੁਲਾਮ ਨਾ ਬਣੇ, ਚਾਹੇ ਦਾਸ ਧਰਮ 'ਚ ਆ ਗਏ ਹੋ, ਨਾਨਕ ਧਾਮ 'ਚ ਆ ਗਏ ਹੋ, ਚਾਹੇ ਕਿਤੇ ਵੀ ਹੋ।